ਯਾ ਵੀ ਅਸ਼ੀਗਾਲੀ ਮੈਂ ਤੁਹਾਡਾ ਆਪਣੇ ਸਿੱਧੂ ਮੂਸੇ ਵਾਲਾ ਬਾਹਰਲੇ ਅਫੀਸਾਂ ਦਾ ਬੋਝ ਆਪਣੇ ਤੋਂ ਨਹੀਂ ਚੱਲ ਹੋਣਾ ਕਿਰਾਂ 10-12 ਲੱਖ ਰੁਪਇਆ ਲਾ ਕੇ ਮੈਨੂੰ ਇੱਕ ਵਾਰੀ ਭੇਜ ਦਿਓ ਬਾਈ 1 ਅਕਤੂਬਰ ਨੂੰ ਆਪਣੀ ਫਿਲਮ ਰਿਲੀਜ਼ ਹੋ ਰਹੀ ਹੈ YES I AM STUDENT ਵੀਰੇ ਇੱਕ ਡਬਲ ਡਬਲ ਕਰ ਦਿਓ ਜੀ ਮੋਗਾ ਮਾਨਸਾ ਤੋਂ ਲੱਗਦੇ ਹਾਂ ਮਾਨਸਾ ਤੋਂ ਹੀ ਆਂ ਜੀ ਤੇ ਫਿਲਮ ਤੁਹਾਨੂੰ ਸਾਰ ਨੂੰ ਪਤਾ ਵੀ ਫਿਲਮ ਬੇਸਡ ਹੈਗੀ ਆਪਣੇ ਭਾਵਨਾ ਤੇ ਜਿਹੜੇ ਸਾਡੇ ਵਰਗਿਆਂ ਤੇ ਜਿਹੜੇ ਅਸੀਂ ਪੜਨਾ ਹੁੰਦੇ ਆ ਬਾਹਰ ਇੱਥੇ ਹਨਾ ਕੀ ਕੁਛ ਵਾਪਰਦਾ ਸਾਡੇ ਨਾਲ ਹਲੋ ਭਾਜੀ ਮੈਂ ਜੱਸਾ ਬੋਲਦਾ ਜੀ ਮੈਂ ਪੇਵਰੇ ਗੱਲ ਕਰਦੀ ਸੀ ਜੀ ਕਿਹੜਾ ਜੱਸਾ ਓਏ ਦੁਬਾਰਾ ਫੋਨ ਕੀਤਾ ਮੈਂ ਤੇਰੀਆਂ ਲੱਤਾਂ ਵੜ ਦੂੰ ਕਿ ਪੋਰਟ ਕਰਾ ਦੂੰ ਤੈਨੂੰ ਇੱਥੋਂ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਆਪਣੀ ਫਿਲਮ ਦੀ ਤੇ ਕੈਨੇਡਾ ਯੂ ਐਸ ਦੇ ਵਿੱਚ ਪਧਵਾਉਣਾ ਤੋਂ ਸ਼ੁਰੂ ਹੋ ਜੂ ਤੇ ਆਨਲਾਈਨ ਬੁਕਿੰਗ ਕਰ ਸਕਦੇ ਹੋ ਟਿੱਕਟਾਂ ਲਈ ਇਮੀਗ੍ਰੈਂਟਸ ਨੇ জবਸ ਲੈ ਰਹੇ ਹਨ ਕੈਸ਼ ਕੰਮ ਕਰ ਰਹੇ ਹਨ ਤੇ ਵੜਨੇ ਨਹੀਂ ਚਾਹੀਦੇ ਸਟੂਡੈਂਟ ਬੱਕੇ ਮਿਲਦੇ ਆ 21 ਅਕਤੂਬਰ ਨੂੰ ਸ਼ਰਮਾ ਘਰਾਂ ਦੇ ਵਿੱਚ ਹਾਂਜੀ ਦੋਸਤੋ ਸਾਥੀ ਦੀਆ ਆਕਾਲ ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਸ਼ੁਰੂਆਤ ਕਰਦੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹੀ ਸਿੱਧੂ ਮੂਸੇਵਾਲਾ ਤੇ ਮੰਡੀ ਤਖੜ ਜੋ ਕਿ ਦੋਸਤੋ ਐਜ਼ ਅ ਲੀਡ ਐਕਟਰ ਤੇ ਐਕਟ੍ਰੈਸ ਰੋਲ ਪਲੇ ਅਦਾ ਕਰ ਰਹੇ ਨੇ ਯੈਸ ਆਈ ਐਮ ਸਟੂਡੈਂਟ ਫਿਲਮ ਵਿੱਚ ਜੈਸ ਦੀ ਕੀ ਸ਼ੂਸ਼ਿਤ ਮੁੰਡੀਆਂ ਤੇ ਬਹੁਤ ਹੀ ਜ਼ਿਆਦਾ ਚਰਚਾ ਹੈ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ ਪਰ ਦੋਸਤੋ ਉਸ ਤੋਂ ਪਹਿਲਾਂ ਸੀ ਇਹ ਜ਼ਿਕਰ ਜ਼ਰੂਰ ਕਰਨਾ ਚਾਹਾਂਗੇ ਜੋ ਮੰਡੀ ਤਖੜ ਨੇ ਹਾਲ ਹੀ ਆਪਣੇ ਇੰਸਟਾਗ੍ਰam ਵਿੱਚ ਕੈਲੂ ਇੰਸਟਾਗ੍ਰam ਕਯ ਰਖਦੇ ਸਨ ਉਸਦੇ ਖੋਦਨਾਂ ਨਾਲ ਸੰਬੰਧ ਰੱਖਦੇ ਸਨ ਤੇ ਸਿੱਧੂ ਨਾਲ ਸੰਬੰਧ ਰੱਖਦੇ ਸਨ ਉਹਨਾਂ ਦੇ ਦੋਸਤ ਉਸਨੇ ਜਵਾਬ ਦਿੱਤੇ ਹਨ ਪਹਿਲਾ ਕੁਐਸਚਨ ਦੋਸਤੋ ਉਸ ਨੂੰ ਏਸੀ ਕੀ ਫਿਲਮ ਕਿਹੜੀ ਕੰਟਰੀ ਵਿੱਚ ਸ਼ੂਟ ਕੀਤੀ ਮੈਮ ਤਾਂ ਉਸਨੇ ਕਿਹਾ ਦੋਸਤੋ ਕੈਨੇਡਾ ਵਿੱਚ ਫਿਰ ਅਗਲਾ ਦੋਸਤੋ ਕੁਐਸਚਨ ਏਸੀ ਕੀ ਮੇਨ ਏਮ ਕੀ ਹੈ ਮੂਵੀ ਦਾ ਤਾਂ ਉਸਨੇ ਕਿਹਾ ਬੀ ਸੈਟ ਯੂਰ ਗੋਲਸ ਹਾਈ ਐਂਡ ਨੈਵਰ ਸਟਾਪ ਅੰਟਿਲ ਯੂ ਗੈਟ देयर ਮੋਟੀਵੇਸ਼ਨ ਇਹੀ ਹੈ ਦੋਸਤੋ ਮਿਹਨਤ ਕਰੋ ਤੇ ਆਪਣੇ ਸੁਪਨੇ ਪੂਰੇ ਕਰੋ ਨੋ ਮੈਟਰ ਹਾਊ ਹਾਰਡ ਦਾ ਜਰਨੀ ਇਸ ਤੇ ਅਗਲਾ ਕੁਐਸਚਨ ਦੋਸਤੋ ਉਸ ਨੂੰ ਏਸੀ ਕੀ ਸਿੱਧੂ ਬਾਈ ਦੀ ਬਾਇਓਪਿਕਾ ਤਾਂ ਉਸ ਦੀ ਸਟਰਗਲ ਦੀ ਸਟੋਰੀ ਹੈ ਐਂਡ ਹਰ ਇੱਕ ਇਨਸਾਨ ਦੀ ਸਟੋਰੀ ਹੈ ਜਿਹੜੇ ਜ਼ੀਰੋ ਤੋਂ ਸ਼ੁਰੂ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਰਨ ਲਈ ਹਾਰ ਨਹੀਂ ਮੰਨੀ। ਤੇ ਅਗਲਾ ਕੁਐਸਚਨ ਦੋਸਤੋ ਉਸ ਨੂੰ ਏਸੀ ਮੈਮ ਸਿੱਧੂ ਸਰ ਦਾ ਨੇਚਰ ਔਰ ਤੁਹਾਨੂੰ ਉਹਨਾਂ ਨਾਲ ਕੰਮ ਕਰਕੇ ਕਿਦਾਂ ਦਾ ਲੱਗਾ? ਤਾਂ ਦੋਸਤੋ ਉਸਨੇ ਕਿਹਾ ਨੇਚਰ ਕਾਮ ਐਂਡ ਇਜ਼ੀ ਗoing ਹੈ। ਮੈਂ ਸ਼ੂਟਿੰਗ ਦੌਰਾਨ ਕਦੇ ਸਿੱਧੂ ਨੂੰ ਆਵਾਜ਼ ਉਠਾਉਂਦੇ ਨਹੀਂ ਦੇਖਿਆ। ਨੋ ਮੈਟਰ ਕੀ ਹੋ ਜਾਵੇ ਆਪਣੇ ਇਮੋਸ਼ਨ ਨੂੰ ਕੰਟਰੋਲ 'ਚ ਰੱਖਣਾ ਇੱਕ ਬਹੁਤ ਹੀ ਟਫ ਤੇ ਵਧੀਆ ਕੁਆਲਟੀ ਆ। ਐ ਪੀਸਫੁੱਲ ਐਕਸਪੀਰੀਅੰਸ। ਸੋ ਦੋਸਤੋ ਉਸਨੇ ਤਾਂ ਸਿੱਧੂ ਬਾਬਤ ਵਧੀਆ ਹੀ ਬਿਆਨ ਦਿੱਤੇ ਹਨ। ਦਲਕੇ ਦਿੱਤੀ ਤੇ ਅਗਲਾ ਕੁਐਸਚਨ ਦੋਸਤੋ ਉਸ ਨੂੰ ਇਹ ਸੀ ਕਿ ਮੂਵੀ ਚ ਕਿੰਨੇ ਸੌਂਗ ਨੇ ਮੈਮ ਤਾਂ ਉਸਨੇ ਕਿਹਾ ਦੋਸਤੋ ਟੋਟਲ 6 ਨੇ ਤੇ ਅਗਲਾ ਕੁਐਸਚਨ ਇਹ ਸੀ ਕਿ ਤੁਹਾਡਾ ਫਿਲਮ ਵਿੱਚ ਨਾਮ ਕੀ ਹੈ ਵੈਸੇ ਦੋਸਤੋ ਟ੍ਰੇਲਰ ਤੋਂ ਪਤਾ ਲੱਗ ਹੀ ਜਾਂਦਾ ਹੈ ਕਿ ਰੀਤ ਨਾਮ ਹੈ ਮੈਂਡੀ ਤਖੜ ਦਾ ਇਸ ਫਿਲਮ ਵਿੱਚ ਤੇ ਉਸ ਨੂੰ ਇਹ ਵੀ ਪੁੱਛਿਆ ਗਿਆ ਦੋਸਤੋ ਕਿ ਫਿਲਮ ਵਿੱਚ ਤੁਹਾਡਾ ਕਿਹੜਾ ਫੇਵਰਿਟ ਗਾਣਾ ਹੈ ਤਾਂ ਦੋਸਤੋ ਉਸਨੇ ਕਿਹਾ ਜਾਨ ਹੁਣ ਜਾਨ ਕਿਹੜਾ ਗਾਣਾ ਹੈ ਦੀਕ ਵਾਲਾ ਤਾਂ ਕੋਈ ਦੋਸਤੋ ਲੱਗ ਨਹੀਂ ਰਿਹਾ ਪਰ ਬਾਕੀ ਦੇਖਦੇ ਹਾਂ ਕੀ ਹੁੰਦਾ ਫਿਰ ਤੇ ਅਗਲਾ ਕੁਐਸਚਨ ਇਹ ਸੀ ਕਿ ਬੈਸਟ ਪਾਰਟ ਆਫ ਦਾ ਮੂਵੀ ਫਾਰ ਯੂ ਉਸਨੇ ਕਿਹਾ ਦਾ ਕਨਸੈ ਜੇ ਦੋਸਤੋ ਸਾਨੂੰ ਵੀ ਲੱਗਦਾ ਸਟ੍ਰਗਲ ਲਾਈਫ ਤਾਂ ਸਟੂਡੈਂਟਾਂ ਦੀ ਕਿਸੇ ਨੇ ਨਹੀਂ ਬਣਾਈ ਫਿਲਮ ਤੇ ਅਗਲਾ ਕੁਐਸਚਨ ਸੀ ਕਿ ਨੈਕਸਟ Song ਕਿਹੜਾ ਆ ਰਿਹਾ ਤਾਂ ਦੋਸਤੋ ਉਸਨੇ ਕਿਹਾ ਸ਼ਾਇਦ ਯਾਰੀਆਂ ਕੁਝ ਕੁ ਵੈਰੀਏਸ਼ਨ ਦੋਸਤੋ ਜ਼ਰੂਰ ਨੇ ਤੇ ਪੂਰਾ ਗਾਣਾ ਹੋਵੇਗਾ ਜਿਹੜੇ ਇੱਕ ਦੋ ਪੈਰੇ ਨਹੀਂ ਵੀ ਸੁਨੇ ਇਸ ਗਾਣੇ ਵਿੱਚ ਮੌਜੂਦ ਹੋਣਗੇ ਤੇ ਫਿਰ ਦੋਸਤੋ ਅਗਲਾ ਕੁਐਸਚਨ ਇਹੀ ਸੀ ਜੋ ਇਸਨੇ ਕਿਹਾ ਸੀ ਕਿ ਜਨਮ Song ਮੇਰਾ ਫੇਵਰੇਟ ਹੈ ਵੀ ਉਹ ਕਦੋਂ ਰਿਲੀਜ਼ ਹੋਣਾ ਤਾਂ ਉਸਨੇ ਕਿਹਾ ਫਿਲਮ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਮਤਲਬ 18-19 ਤਰੀਕ ਦੋਸਤੋ ਪਰ ਅੰਕ ਸਕਦੇ ਹਾਂ ਤੇ ਅਗਲਾ ਕੁਐਸਚਨ ਇਹ ਸੀ ਫਿਲਮ 'ਚ ਤੁਸੀਂ ਸਟੂ ਨੇ ਕਿਹਾ ਸਟੂਡੈਂਟ ਪੰਜਾਬ ਤੋਂ ਕੈਨੇਡਾ ਗਏ ਸੀ ਤੇ ਫਿਰ ਕਿਹਾ ਦੋਸਤੋ 11 ਕੁਐਸਚਨ ਹੋ ਗਏ ਇਸ ਰੈਡੀਟਡ ਤੇ ਹੁਣ ਸਿਨੇਮਾ ਘਰਾਂ ਵਿੱਚ ਹੀ ਦੋਸਤੋ ਸਾਰੇ ਇਹ ਦੇਖਣਗੇ ਤੇ ਤੁਹਾਨੂੰ ਦੱਸਤੀਏ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ ਸਿੱਧੂ ਮੂਸੇਵਾਲੇ ਨੇ ਖੁਦ ਹੀ ਦੋਸਤੋ ਲਾਈਵ ਆ ਕੇ ਇੱਕ ਤਰ੍ਹਾਂ ਨਾਲ ਪਹਿਲਾਂ ਦੀ ਹੀ ਕਲਿੱਪ ਬਣਾਈ ਸੀ ਉਹ ਜ਼ਾਰੀ ਕੀਤੀ ਗਈ ਹੈ ਚਰਚਾ ਦੋਸਤੋ ਬਹੁਤ ਹੀ ਜ਼ਿਆਦਾ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਫਿਲਮ ਸੁਪਰ ਡੁਪਰ ਹਿੱਟ ਰਹੇਗੀ ਟ੍ਰੇਲਰ ਨੂੰ ਤਾਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਗਿਆ ਹੈ ਮੂਸਾ ਰੈਡ ਦੇ ਟ੍ਰੇਲਰ ਤੋਂ ਵੀ ਜ਼ਿਆਦਾ ਉਹ ਵੀ ਦੋਸਤ ਤੁਹਾਨੂੰ ਦੱਸਦੀਏ ਹਿੱਟ ਫਿਲਮਾਂ ਦੀ ਲ ਚਾਹਾਂਗੀ ਅੱਜ ਹੌਸਲਾ ਰੱਖ ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਇਸ ਵਾਰ ਹੀ ਇੱਕ ਪੰਜਾਬੀ ਸਿਨੇਮਾ ਨਾਲ ਸੰਬੰਧ ਰੱਖਦੇ ਪੇਜ ਨੇ ਇਹ ਜਾਣਕਾਰੀ ਦਿੱਤੀ ਹੈ ਕਿ 700 ਸਿਨੇਮਾ ਘਰਾਂ ਵਿੱਚ ਇਹ ਫਿਲਮ ਰਿਲੀਜ਼ ਹੋਣੀ ਹੈ ਪਰ ਅਡਵਾਂਸ ਬੁਕਿੰਗ ਨੇ ਹੀ ਅੱਜ ਤੱਕ ਦੇ ਸਾਰੇ ਪੰਜਾਬੀ ਇੰਡਸਟਰੀ ਦੇ ਰਿਕਾਰਡ ਤੋੜ ਦਿੱਤੇ ਹਨ 1.5 ਕਰੋੜ ਦੀ ਦੋਸਤੋ ਅਡਵਾਂਸ ਬੁਕਿੰਗ ਜਿਆਦਾਤਰ ਤਾਂ ਲੋਕ ਵੈਸੇ ਸਿਨੇਮਾ ਘਰਾਂ ਵਿੱਚ ਜਾ ਕੇ ਹੀ ਮੋਲਾਂ ਵਿੱਚ ਜਾ ਕੇ ਉੱਥੇ ਹੀ ਟਿਕਟ ਖਰੀਦਦੇ ਨੇ ਅਡਵਾਂਸ ਬੁਕਿੰਗ ਤੋਂ ਦੁੱਗਣੀ ਫਿਲਮ ਇਹ ਕਮਾਈ ਕਰੇਗੀ ਪਹਿਲੇ ਦਿਨ ਇਹ ਦੋਸਤੋ ਕਿਹਾ ਜਾ ਸਕਦਾ ਹੈ ਇਹ ਵੀ ਇੱਕ ਆਪਣੇ ਆਪ ਵਿੱਚ ਰਿਕਾਰਡ ਹੀ ਦੋਸਤੋ ਆਪਾਂ ਕਹਿ ਸਕਦੇ ਹ ਕਰਕੇ ਸੂਨੂ ਵਾਜਵਾਦੀ ਕਰਕੇ ਇਸ ਫਿਲਮ ਦੀ ਦੋਸਤੋ ਹੋਰ ਵੀ ਚਰਚਾ ਵਧ ਜਾਂਦੀ ਹੈ ਗਿੱਪੀ ਗਰੇਵਾਲ ਦਾ ਮੁੰਡਾ ਸਿੰਦਾ ਉਹ ਵੀ ਦੋਸਤੋ ਇਸ ਵਿੱਚ ਫੀਚਰ ਕਰ ਰਿਹਾ ਹੈ ਬਾਕੀ ਦਲਜੀਤ ਭਰਾ ਦਾ ਆਪਣਾ ਅਲੱਗ ਹੀ ਇੱਕ ਰਤਬਾ ਹੈ ਕਿ ਦੋਸਤੋ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ ਤੇ ਬਾਕੀ ਭਰਾ ਨੇ ਦੋਸਤੋ ਕੱਲ ਸੂਨੂ ਵਾਜਵਾ ਤੇ ਸ਼ਹਿਨਾਰ ਗਿੱਲ ਦਾ ਸਪੈਸ਼ਲ ਥੈਂਕਸ ਵੀ ਕੀਤਾ ਸੀ ਤੇ ਸ਼ਹਿਨਾਰ ਬਾਰੇ ਇਹ ਗੱਲ ਕਹੀ ਸੀ ਕਿ ਯੂ ਆਰ ਵੈਰੀ ਸਟਰੋਂਗ ਊਮੈਨ ਸਟੇ ਲਾਈਕ ਦਿਸ ਸੋ ਬਾਕੀ ਦੋਸਤੋ ਤੁਸੀਂ ਇਹ ਦੱਸਿਓ ਇਸ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਤੇ ਦੋਸਤੋ ਤੇ ਹੁਣ ਅਸੀਂ ਰਵੀ ਸਿੰਘ ਦੀ ਖਾਲਸਾ ਏਡ ਵਾਲਿਆਂ ਦਾ ਜ਼ਰੂਰ ਜ਼ਿਕਰ ਕਰ ਹੈ ਤੇ ਸਪੈਸ਼ਲ ਉਸੇ ਹੀ ਟਵੀਟਰ ਨੂੰ ਆਪਣੇ ਇੰਸਟਾਗ੍ਰam ਅਕਾਊਂਟ ਤੇ ਵੀ ਸ਼ੇਅਰ ਕੀਤਾ ਹੈ। ਵੈਨ ਦਾ ਫਾਰਮਰ ਪ੍ਰੋਟੈਸਟ ਬਿੰਗ ਇਨ ਲਾਸਟ ਯੀਅਰ ਵਨ ਆਫ ਦਾ ਫਰਸਟ ਕਾਲ ਆਈ ਹੈਡ ਵਾਸ ਫਰੋਮ ਐਮੀ ਵਰਕਰ ਉਸਨੇ ਟਰੱਕਾਂ ਦੇ ਟਰੱਕ ਫੂਡ ਉਦੋਂ ਵੀ ਤੇ ਉਸ ਤੋਂ ਬਾਅਦ ਵੀ ਕਿਸਾਨ ਅੰਦੋਲਨ ਤੇ ਭੇਜੇ ਨੇ। ਸੋ ਦੋਸਤੋ ਕੁਝ ਲੋਕ ਜ ਉਸ ਦਿਨ ਦੀ ਇੰਤਿਆਰ ਕਰਦੇ ਹਨ 83 ਫਿਲਮ ਆ ਰਹੀ ਹੈ ਸ਼ਾਇਦ ਉਸਕਰ ਕੇ ਹੁਣ ਉਸ ਨੂੰ ਬੁਰਾ ਭਲਾ ਬੋਲਣ ਲੱਗੇ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਜੀ ਸਟੂਡੀਓ ਜੀ ਨਿਊਜ਼ ਨਾਲ ਸੰਬੰਧ ਰੱਖਦੇ ਕਿਸਮਤ ਰੂ ਹਰਮਨ ਨਾਲ ਵੀ ਦੋਸਤੋ ਹੋ ਹੀ ਸਕਦਾ ਹੈ। ਹਾਲਾਂਕਿ ਬਹੁਤ ਸਾਰੇ ਲੋ ਸਰਗੁਣ ਮਹਿਤਾ ਹੀ ਦੋਸਤੋ ਕਰ ਰਹੀ ਹੈ ਚਲੋ ਫੈਮਿਨਿਜ਼ਮ ਨਾਲਾ ਸਵਾਲ ਉੱਠ ਖਾਣਾ ਸੀ ਇਸ ਵਾਰੀ ਚਰਚਾ ਨਹੀਂ ਕਰਦੇ ਪਰ ਅਵੀ ਸਿੰਘ ਜੀ ਖਾਲਸਾਡਰ ਵਾਲੇ ਦੋਸਤੋ ਇੱਕ ਵਾਰ ਫਿਰ ਸਪੋਰਟ ਕਰ ਰਹੇ ਹਨ ਐਮੀ ਵਰਕ ਦੀ ਤੇ ਐਮੀ ਵਰਕ ਵੀ ਦੋਸਤੋ ਆਲਵੇਸ ਸਪੋਰਟ ਕਰਦਾ ਨਜ਼ਰ ਆਇਆ ਹੈ ਫਾਰਮਰ ਪ੍ਰੋਟੈਸਟ ਦੀ ਤੇ ਦੋਸਤੋ ਇੱਥੇ ਹੁਣ ਅਸੀਂ ਸਿੱਧੂ ਦੇ ਦੋਸਤ ਬਿੱਗਵੜ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਮੂਸਾ ਰੈਡ ਦੀ ਦੋਸਤੋ ਜਦੋਂ ਬੈਨ ਵਾਲੀ ਖਬਰ ਸਾਹਮਣੇ ਆਈ ਸੀ ਤਾਂ ਇਸ ਨੇ ਵੀ ਉਹਦੋਂ ਸਪੋਰਟ ਕੀਤੀ ਸੀ ਹਾਲਾਂਕਿ ਭਰਾ ਦੋਸਤੋ ਚਲੋ ਇਹਨਾਂ ਬਾਰੇ ਹੁਣ ਜ਼ਿਆਦਾ ਕਿਤੇ ਜ਼ਿਕਰ ਨਹੀਂ ਕਰਦਾ ਨਾ ਹੀ ਸਟੋ ਵਾਟ ਪੀਪਲ ਡੂ ਹੈਜ਼ ਨਥਿੰਗ ਟੂ ਡੂ ਵਿਦ ਯੂ ਐਂਡ एवरीथिंग ਟੂ ਡੂ ਵਿਦ them ਗੁੰਜਰਦਾਰ ਹੀ ਦੋਸਤੋ ਗੱਲਾਂ ਨੇ ਕਈ ਵਾਰ ਤਾਂ ਇਦਾਂ ਲੱਗ ਰਿਹਾ ਹੁੰਦਾ ਹੈ ਕਿ ਹਾਂ ਵਾਕਈ ਹੀ ਇਹ ਸਿੱਧੂ ਨਾਲ ਕੰਮ ਕਰਨਾ ਦੁਬਾਰਾ ਤਾਂ ਜਾ ਰਿਹਾ ਹੈ ਪਰ ਦੋਸਤੋ ਕੋਲੈਬੋਰੇਸ਼ਨ ਹੁਣ ਕਦੇ ਸੰਭਵ ਹੋਵੇਗੀ ਜਾਂ ਨਹੀਂ ਇਹ ਤਾਂ ਕੁਝ ਕਹਿਣਾ ਕਾਫੀ ਮੁਸ਼ਕਲ ਹੈ ਤੇ ਦੋਸਤੋ ਗਿੱਪੀ ਗਰੇਵਾਲ ਦਾ ਵੀ ਇੱਕ ਸੋਸ਼ਲ ਮੀਡੀਆ ਤੇ ਮੁੱਦਾ ਪਖਿਆ ਹੈ ਗੱਲ ਇਦਾਂ ਹੈ ਉਸ ਦਾ ਟ੍ਰੇਲਰ ਆਇਆ ਹੈ ਫਿਲਮ ਦਾ ਪਾਣੀ ਚ ਮਧਾਣੀ ਤੇ ਉਸ ਦੀ ਐਡ ਹੰਬਲ ਮਿਊਜ਼ਿਕ ਤੋਂ ਦੋਸਤੋ ਤੁਸੀਂ ਦੇਖ ਸਕਦੇ ਹੋ ਐਡ ਦਿਖਾਈ ਦੇ ਰਹੀ ਹੈ ਹਾਲਾਂਕਿ ਹਰੇਕ ਹੀ ਆਰਟਿਸਟ ਦੋਸਤੋ ਸਾਨੂੰ ਲੱਗਦਾ ਅੱਜ ਕੱਲ ਐਡਾਂ ਦਾ ਜ਼ਮਾਨਾ ਹੀ ਤੁਰ ਪਿਆ ਹੈ ਹਰੇਕ ਦੀ ਆਪ اپنی ਜੁਆਇਸ ਪਰ ਹਾਂ ਥੋੜਾ ਜਿਹਾ ਵਿਵਾਦ ਦੋਸਤੋ ਜ਼ਰੂਰ ਕ੍ਰੀਏਟ ਹੋ ਰਿਹਾ ਸੀ ਪਾਣੀ ਜਮਦਾਣੀ ਤਕਰੀਬਨ ਸਾਨੂੰ ਲੱਗਦਾ ਦੋਸਤੋ ਦਿਵਾਲੀ ਦੇ ਵੇਲੇ ਰਿਲੀਜ਼ ਹੋਣੀ ਹੈ ਟ੍ਰੇਲਰ ਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਹੈ ਨੀਰੂ ਆਵਾਜਵਾਦੀ ਵੀ ਅਹਿਮ ਫੀਚਰਿੰਗ ਹੈ ਬਹੁਤ سارے ਆਰਟਿਸਟ ਮੌਜੂਦ ਹਨ ਪਾਕਿਸਤਾਨ ਵਾਲਾ ਵੀ ਆਰਟਿਸਟ ਜੋ ਕਿ ਦੋਸਤੋ ਚਲ ਮੇਰਾ ਪੁੱਤ 3 ਵਿੱਚ ਵੀ ਨਜ਼ਰ ਆਇਆ ਸੀ ਉਹ ਵੀ ਇਸ ਫਿਲਮ ਵਿੱਚ ਨਜ਼ਰ ਆਉਣ ਵਾਲਾ ਹੈ ਪੁਰਾਣਾ ਦੌਰ ਦਿਖਾਇਆ ਗਿਆ ਹੈ ਦੋਸਤੋ ਇਸ ਨੂੰ ਮਤੇ ਜੈਸ ਕਰਕੇ ਚਰਚਾ ਇਸ ਦੀ ਵੀ ਆਖੀ ਜ਼ਿਆਦਾ ਹੈ ਤੇ ਦੋਸਤੋ ਗੀਰਦੇ ਤੇ ਹੁਣ ਅਸੀਂ ਕਾਰਨ ਔਜਲੇ ਦਾ ਜ਼ਰੂਰ ਜ਼ ਹਾਲਗੀ ਦੋਸਤੋ ਅਸੀਂ ਇਹ ਵੀ ਦੇਖਦੇ ਹਾਂ ਜਦੋਂ ਕਿਸੇ ਵੀ ਗਾਣੇ ਦੀ ਆਡੀਓ ਪਹਿਲਾਂ ਆ ਜਾਂਦੀ ਹੈ ਤਾਂ ਵੀਡੀਓ ਨੂੰ ਉਸ ਦੇ ਕੰਪੇਅਰ ਵਿਊਜ਼ ਥੋੜੇ ਜਿਹੇ ਘੱਟ ਆਉਂਦੇ ਹਨ ਹੁਣ ਦੋਸਤੋ ਤੇ ਹਿੱਟ ਸੁਪਰ ਹਿੱਟ ਇਹ ਵਾਲੀ ਗੱਲ ਨਹੀਂ ਆਡੀਓਜ਼ ਦੀਆਂ ਪਹਿਲੀਆਂ ਹੀ ਸੁਪਰ ਡੂਪਰ ਹਿੱਟਰ ਚੱਲ ਰਹੀਆਂ ਨੇ ਸਪੋਟੀਫਾਈ ਦੇ ਮਿਲੀਅਨ ਵਿੱਚ ਵਿਊਜ਼ ਆ ਗਏ ਹਨ ਪਰ ਇਸ ਗਾਣੇ ਦੀ ਵੀਡੀਓ ਤੇ ਜੇਕਰ ਆਪਾਂ ਮੁਕਾਬਲੇ ਕਰੀਏ ਕਿਸੇ ਵੀ ਗਾਣੇ ਦੀ ਆਡੀਓ ਤੇ ਵੀਡੀਓ ਇਕੱਠੀ ਆਉਂਦੀ ਹੈ ਤਾਂ ਦੋਸਤੋ ਵਿਊਜ਼ ਕਾਫੀ ਜ਼ਿਆਦਾ ਹੁੰਦੇ ਹਨ ਕਿਉਂ ਦੋਸਤੋ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ ਤੇ ਬਾਕੀ ਗੱਲ ਤਾਂ ਦੋਸਤੋ ਮਾਹੌਲ ਚਾਰ ਦਾ ਵੀ ਦੋਸਤوں ਇੱਕ ਗਾਣਾ ਰਿਲੀਜ਼ ਹੋਇਆ ਤਿੰਨੇ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਲੀ ਵਾਰ ਦੋਸਤੋ ਇਦਾਂ ਹੋਇਆ ਹੈ ਬਹੁਤ ਸਾਰੇ ਲੋਕਾਂ ਨੇ ਨੋਟਿਸ ਕੀਤਾ ਹੈ ਜੇ ਨਹੀਂ ਚਲੋ ਇਹ ਤਾਂ ਆਪੋ ਆਪਣੀ ਸਭ ਦੀ ਮੈਂਟੈਲਿਟੀ ਪਰ ਦੋਸਤੋ ਸਿੱਧੂ ਦੇ ਕਰਨ ਔਂਜਲਾ ਦੇ ਗਾਣੇ ਆਉਣ ਤੇ ਇਹਨਾਂ ਦੀ ਕਲੈਸ਼ ਤੇ ਇਹਨਾਂ ਦੀ ਕਲੈਸ਼ ਤੋਂ ਬਾਅਦ ਫਿਰ ਕੰਪੈਰੀਸ਼ਨ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਤੁਸੀਂ ਹੀ ਦੋਸਤੋ ਦੱਸੇ ਤੁਹਾਨੂੰ ਕਿਹੜਾ ਗਾਣਾ ਵਧੀਆ ਲੱਗਿਆ ਅਥਰਾ ਸਟਾਈਲ ਸਿੱਧੂ ਮੁਸੇਵਾਲਾ ਦਾ ਇਹ ਵੀ ਲੀਕ ਵਰਸ ਸੀ ਤੁਸੀਂ ਪਹਿਲਾਂ ਸੁਣਿਆ ਹੋਵੇਗਾ ਚਲੋ ਹੁਣ ਅਫੀਸ਼ੀਅਲ ਰਿਲੀਜ਼ ਹੋ ਚੁੱਕਾ ਹੈ ਉਤੇ ਹੀ ਆਸ ਕੋ ਬੁੜ ਉ ਇਹ ਰਕੀ ਦਾ ਕਿਹੜਾ ਮਾਰਜੀ ਨਹੀਂ ਗੱਡੀਆਂ ਨੇ ਕਾਲੀਆਂ ਤੇ ਕਾਲੀ ਸਾਟੀ ਭਰਦੀ ਤੇ ਦੋਸਤੋ ਕਿਨ ਕੀ ਜੀ ਰਿਕਵੈਸਟ اے بی ਸੀ ਪੰਜਾਬੀ ਮੋਟਰ ਲਾਈਵ ਇਸ ਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉਸ ਤੇ ਸੀ ਗੀ ਮਿਗਰੈਕਸ਼ਨ ਦੇ ਬਰੋਕਵਾੜੀਆਂ ਵੀਡੀਓ ਲੈ ਕੇ ਆ ਰਹੀ ਹਾਂ ਜੇ ਹੋ ਸਕੇ ਦੋਸਤੋ ਚੈਨਲ 29 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ